ਭਾਰਤ ਸਰਕਾਰ ਦੇ ਵੱਲੋਂ ਬਾਲ ਮਜ਼ਦੂਰੀ ਨੂੰ ਰੋਕਣ ਲਈ ਬਹੁਤ ਸਖਤ ਕਾਨੂੰਨ ਬਣਾਇਆ ਗਿਆ, ਪਰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਬਾਲ ਮਜ਼ਦੂਰਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਗਰੀਬ ਲੋਕਾਂ ਦੇ ਬੱਚੇ ਮਜਬੂਰੀ ਬਸ ਬਾਲ ਮਜ਼ਦੂਰੀ ਕਰਨ ਲਈ ਮਜਬੂਰ ਨੇ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਨੇ, ਪਰ ਪ੍ਰਸ਼ਾਸਨਿਕ ਅਧਿਕਾਰੀ ਸਭ ਕੁਝ ਦੇਖਦੇ ਹੋਏ ਵੀ ਚੁੱਪ ਧਾਰੀ ਬੈਠੇ ਨੇ। ਸਾਲ ਕੇ ਬੱਚੇ ਹੈ ਆਪਕੇ? ਕੋਈ ਹੈ 10 ਸਾਲ ਕੋ, ਕੋਈ ਹੈ 7 ਕੋ, 5 ਕੇ ਹੈ, 2.5 ਕੇ ਹੈ। ਜੇ ਸਭੀ ਬੱਚੇ ਆਪਕੇ ਸਾਥ ਹੱਥ ਬਟਾਉਂਦੇ ਹਾਂ, ਸਭ ਬਣਾਤੇ ਹੈ, ਜੋ ਹਮ ਵੀ ਕਰਤੇ ਹੈ ਤੋ ਬੱਚੇ ਵੀ ਕਰਤੇ ਹੈ। ਸਕੂਲ ਵਗੈਰਾ ਨਹੀਂ ਭੇਜਤੇ ਇਨਕੋ? ਸਕੂਲ ਵਾਲਾ ਸਮਝ ਨਹੀਂ ਆਤੀ ਬੋਲੀ, ਇਸਕੋ ਬਾਲਕਨ ਕੋ ਘਰ ਪੇ ਤੋ ਪੜਤੇ ਹੈ ਸਕੂਲ ਮੇ। ਕਿਆ ਨਾਮ ਹੈ ਆਪਕਾ? ਲਾਲਾ ਰਾਮ। ਕਹਾਂ ਸੇ ਹੋ? ਏਟਾ। ਜਹਾਂ ਸੇ ਕਬ ਸੇ ਕਾਮ ਕਰ ਰਹੇ ਹੋ? ਜਹਾਂ ਜਹਾਂ ਹੋਗਾ 2 ਮਹੀਨੇ। ਜੇ ਬੱਚੇ ਵੀ ਆਪਕਾ ਹੱਥ ਬਟਾਤੇ ਹੈ ਕਾਮ ਮੇ, ਔਰ ਇਨਕੋ ਪੜ੍ਹਨੇ ਕੇ ਲੀਏ ਸਕੂਲ ਨਹੀਂ ਭੇਜਾ ਆਪਨੇ? ਨਾ, ਘਰ ਭੇਜਦੇ ਪੜ੍ਹਨ। ਘਰ ਮੇ ਹੀ ਪੜ੍ਹਤੇ ਹੈ? ਹਾਂ। ਸਕੂਲ ਮੇ ਨਹੀਂ ਭੇਜਦੇ? ਜਹਾਂ ਨਹੀਂ, ਜਹਾਂ ਤਾਂ ਘਰ ਸਕੂਲ ਮੇ ਵਹੀਂ ਪੜ੍ਹਤੇ ਦੇਸ਼ ਆਪਣੇ। ਜਹਾਂ ਆਪਕੇ ਸਾਥ ਇੱਟੇ ਬਣਾਤੇ ਹੈ? ਔਰ ਕਿਆ ਕਰੇਂਗੇ ਫਿਰ, ਜਹਾਂ ਸਕੂਲ ਖੁੱਲ੍ਹੇ ਹੋਏ ਹੈ ਸਰਕਾਰੀ, ਵਹਾਂ ਕਿਉਂ ਨਹੀਂ ਭੇਜਤੇ ਇਨਕੋ? ਪੜ੍ਹਾਈ ਜਾਂਦਾ ਹੀ ਨਾ ਅੰਕੀ, ਪੜ੍ਹਾਈ ਦੇਖੋ। ਇਸ ਤਰ੍ਹਾਂ ਬਾਲ ਮਜ਼ਦੂਰੀ ਜਿਹੜੀ ਹੈਗੀ ਹੈ ਕਾਨੂੰਨ ਜੁਰਮ ਹੈਗੀ ਹੈ, ਅਸੀਂ ਵੀ ਸਮੇਂ ਸਮੇਂ 'ਤੇ ਜਿਹੜਾ ਹੈਗਾ ਇਸ ਕੁਰੀਤੀ ਨੂੰ ਰੋਕਣ ਲਈ ਜਿਹੜੀ ਮੁਹਿੰਮ ਚਲਾਉਂਦੇ ਹਾਂ। ਬਾਲ ਮਜ਼ਦੂਰੀ ਸਪਤਾਹ ਵੀ ਪਿੱਛੇ ਮਨਾਇਆ ਗਿਆ, ਜਿਹੜਾ ਸਾਡੇ ਅਸਿਸਟੈਂਟ ਲੇਬਰ ਕਮਿਸ਼ਨਰ ਨੇ, SDMs ਨੇ, ਸਾਰਿਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਮੇਂ ਸਮੇਂ 'ਤੇ ਚੈਕਿੰਗ ਕਰਕੇ ਇਹ ਜਿਹੜੀ ਕੁਰੀਤੀ ਹੈਗੀ ਹੈ ਇਹਨੂੰ ਨਕੇਲ ਪਾਈ ਜਾਵੇ। ਜਿਹੜਾ ਤੁਸੀਂ ਕੋਈ ਅੱਜ ਖਾਸ ਏਰੀਆਜ਼ ਦੱਸੇ ਨੇ ਇਹਨਾਂ ਦੇ ਬਾਰੇ ਅਸੀਂ ਦੁਬਾਰਾ ਤੋਂ ਚੈਕਿੰਗ ਕਰਾ ਕੇ, ਜੇ ਕੋਈ ਊਣਤਾਈ ਪਾਈ ਗਈ ਸਖਤ ਤੋਂ ਸਖਤ ਕਾਰਵਾਈ ਕਰਕੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਜੇਕਰ ਜ਼ਮੀਨੀ ਤੌਰ 'ਤੇ ਦੇਖਿਆ ਜਾਵੇ ਤਾਂ ਬਾਲ ਮਜ਼ਦੂਰੀ ਰੋਕਣ ਦਾ ਕਾਨੂੰਨ ਸਿਰਫ ਆਫਿਸ ਦੀਆਂ ਫਾਈਲਾਂ ਤੱਕ ਹੀ ਸੀਮਿਤ ਹੋ ਕੇ ਰਹਿ ਚੁੱਕਿਆ। ਮਾਨਸਾ ਤੋਂ ਅਮਰਜੀਤ ਸਿੰਘ ਮਾਖਾ ਦੀ ਰਿਪੋਰਟ, ਜਗਤ ਸੇਵਕ, ਵੈਬ TV।